ਸਥਾਨ ਤੋਂ ਹਮਲਾ ਹੋਇਆ ਇਹ ਪਿਛਲੀ ਗੱਲ ਨਹੀਂ ਗਈ ਜਿਹੜਾ ਤੇ ਮੁੜ ਕੇ ਸੱਚਰਾ ਤੇ ਮਾਫ਼ੀ ਮੰਗ ਲੂ ਮੈਂ ਫਿਰ ਮੋਰਚੇ ਵਾਲਾ ਗੱਲ ਕਰਨੀ ਚਾਹੁੰਦਾ ਹਾਂ ਜਿੱਥੇ ਇਸ ਸਥਾਨ ਤੇ ਪੁਲਿਸ ਵੱਲੋਂ ਹੁਣ ਹਮਲਾ ਹੋਇਆ ਇਹ ਦੁਨੀਆ ਦੀ ਮਿਸਾਲ ਬਣੇਗੀ ਕਿ ਖਾਲਿਸਤਾਨ ਬਣਿਆ ਜੇ ਕੋਈ ਸਿੰਘ ਸਿੰਘ ਨੂੰ ਸਿੱਖ ਸਿੱਖ ਨੂੰ ਇੱਕ ਦੂਜੇ ਨੂੰ ਕੋਈ ਗਾਲ ਕੱਢਦਾ ਹੈ ਉਹਨੂੰ ਗਾਲ ਦਾ ਜਵਾਬ ਗਾਲ ਚ ਨਾ ਦੇਵੋ ਉਹਨੇ ਕੱਟ ਗੁਰਮੁਖਾ ਦੋ ਹੋਰ ਕੱਢ ਲੈ ਜੇ ਤੇਰਾ ਪੇਟ ਗਾਲ ਨਾਲ ਭਰਦਾ ਮੰਦ ਪਾਤਸ਼ਾਹ ਭਾਸ਼ਾ ਨਾਲ ਭਰਦਾ ਦੋ ਚੀਜ਼ਾਂ ਹੋਰ ਕਹਿ ਲੈ ਜੇ ਸਿੱਖ ਸਿੱਖ ਦੇ ਮੂੰਹ ਤੇ ਚਪੇੜ ਮਾਰਦਾ ਉਹਦੇ ਅੱਗੇ ਮੂੰਹ ਕਰਦੇ ਉਹਨੂੰ ਤਾਂ ਦੋ ਹੋਰ ਮਾਰ ਲੈ ਪਰ ਨਰਕ ਧਾਰੀ ਅੱਗੇ ਨਾ ਕਰਦੇ ਹੋ ਜਾਂ ਪੁਲਿਸ ਵਾਲੇ ਅੱਗੇ ਨਹੀਂ ਸਿੱਖ ਸਿੱਖ ਅੱਗੇ ਕਰੇ ਉਹਨੂੰ ਤਾਂ ਹੋਰ ਮਾਰ ਲੈ ਜ਼ਰੂਰਤ ਨਹੀਂ ਪਵੇਗੀ ਕਿ ਇੱਕ ਮੇਰਾ ਕੋਈ ਕੌੜਾ ਬਚਨ ਕਹੇ ਤੇ ਉਹਨੂੰ ਕਰੀਏ ਭਰਾਵਾ ਦੋ ਹੋਰ ਕਹਿ ਲੈ ਉਹਦਾ ਸ਼ਰਮ ਨਾਲ ਆਪਣੇ ਆਪ ਹੀ ਸਿਰ ਨੀਵਾਂ ਹੋ ਜਾਵੇਗਾ ਪਰ ਆਪਣਾ ਇੱਥੇ ਕੀ ਸੁਭਾਅ ਬਣਿਆ ਹੈ ਜੇ ਇੱਕ ਨੇ ਟੀਵੀ ਲਾਈ ਹੈ ਤੇ ਦੂਜਾ ਕਹਿੰਦਾ ਸਾਰੀ ਡੱਬੀ ਦੀਆਂ ਸੀਖਾਂ ਬਾਲ ਦੇਣਾ ਤੇ ਤਾਂ ਮੈਂ ਇਹਦੇ ਨਾਲ ਚੰਗਾ ਨਹੀਂ ਕਿ ਨਹੀਂ ਚੰਗਾ ਨਹੀਂ ਇਹ ਸਵਾਲ ਆਪਣੇ ਵਾਸਤੇ ਮਾਸਟਰ ਇੱਕ ਵੀਰ ਆਣ ਕੇ ਪਤਾ ਨਹੀਂ ਉਹ ਕੀ ਕੀ ਕਰਨ ਆਇਆ ਸੀ ਤੇ ਪਤਾ ਨਹੀਂ ਕੌਣ ਆਇਆ ਸੀ ਇਹ ਤਾਂ ਸਤਿਗੁਰੂ ਜਾਣਦਾ ਮੈਨੂੰ ਤੰਤਰ ਜਾਣਦਾ ਨਹੀਂ ਆਣ ਕੇ ਕਹਿੰਦਾ ਜੀ ਅਗਰ ਤੇਰੇ ਭਾਈ ਨੂੰ ਮਾਰ ਦੀ ਸਕੀਮ ਘੜ ਲਈ ਆ ਪੁਲਿਸ ਨੇ ਚੰਗੀ ਗੱਲ ਆ ਬੜੀ ਖੁਸ਼ੀ ਦੀ ਜੇ ਕਿਤੇ ਮਰੇ ਦਾ ਸੁਨੇਹਾ ਆ ਜਾਵੇ ਪੁਲਿਸ ਦੀ ਗੋਲੀ ਨਾਲ ਤੇ ਪੰਜ ਜਕਾਰੇ ਜ਼ਰੂਰ ਛੱਡਾਂਗਾ ਜੇ ਧਰਮ ਵਾਸਤੇ ਆਪਾਂ ਪੁੱਤ ਕਿਵੇਂ ਆ मैं यहोजिया गल्ला पुछन वाले नूं पुछना चाहुंदा हां पुत किहदे आ सिख किहदे आ अपना पिता ते अपने भरा साहिबजादे किहड़े घूड़े च पै के सुख सौ के पले आ फूलां दीआं सेजां ते सप्पां दीआं सिरियां ते तुर के रातां कट्टियां ते जिहड़े इहोजे लोक गल्लां करन वाले आउंदे आ उहनां नूं अपने मन च कुछ विचार सिखी दा रखना चाहीदा है ਮੈਂ ਸਾਨੂੰ ਤੋਂ ਤੇ ਪ੍ਰਧਾਨ ਸਾਹਿਬ ਤੋਂ ਮਾਫ਼ੀ ਮੰਗ ਕੇ ਗੱਲ ਕਹਿਣੀ ਚਾਹੁੰਦਾ ਹਾਂ ਇਹ ਕਹਿੰਦੇ ਨਾ ਸਿੰਘਾਂ ਕੋਲ ਹਥਿਆਰ ਸੀ ਤੇ ਇਹਨਾਂ ਨੂੰ ਅਸੀਂ ਤਾਂ ਖਤਮ ਕਰਨਾ ਚਾਹਿਆ ਮੈਂ ਸਪੀਡ ਤੋਂ ਕਹਿਣਾ ਚਾਹੁੰਦਾ ਹਾਂ ਕਿ ਦਰਬਾਰਾ ਔਰ ਜੇ ਕਿਸੇ ਵੀ ਪੰਜ ਬੰਦਿਆਂ ਨੂੰ ਮੈਂ ਨਾਂ ਨਹੀਂ ਪੁੱਛਣਾ ਲੈਂਦਾ ਕਿਸੇ ਵੀ ਪੰਜ ਬੰਦਿਆਂ ਨੂੰ ਤਿਆਰ ਕਰਕੇ ਤੇ ਥਾਂ ਮੁਕਰਰ ਕਰ ਦੇਵੇ ਮੈਂ ਆਪਣੇ ਵੱਲੋਂ ਇੱਕ ਸਿੰਘ ਭੇਜ ਦਿੰਦਾ ਉਹਨੂੰ ਜਿਉਂਦਿਆਂ ਨੂੰ ਫੜ ਕੇ ਲੈ ਜਾਣਾ ਗ੍ਰਿਫਤਾਰੀ ਦੇ ਦੂੰ ਇਹ ਤਾਂ ਕਹਿੰਦੇ ਨੇ ਕੋਈ ਸਮਾਨ ਬੜਾ ਸੀ ਤੇ ਇਸ ਤਰ੍ਹਾਂ ਸੀ ਇਹਨੂੰ ਪੁੱਛੋ ਕੋਈ ਬੰਦਾ ਫੜਿਆ